लास्ट कदों आई सी ये है? मैं जदों छेत्री की बराबर था। अच्छा अच्छा, मतलब एक महीना हो गया ना उसके बाद। अच्छा, किन्ना घट गया हुण वेट तुहाडा? बिल्कुल 11 किलो घटिया है। खांदे की हो? एक टाइम ते एक रोटी खा लेने या अद्धी खाने? नहीं नहीं, पहला तो मैं 2-3 ग्राइयां मसां ही लंदी सी। अच्छा अच्छा, इस तो बाद नहीं सी खादी जाती। हुण किन्ना खा लेने? हुण अद्धे ते खा लेने। अद्धी रोटी खादी? कल दा मैनू ना मेरे को अद्धी तो ज्यादा भी खादी जाती, पर फुलके ही साडा इन्ना जिन्ना होंदा ओह च अद्धा ही लैनी आ। कल दा किन्ने खांदे सी फुलके ऑपरेशन तो पहला? 3 भी खा ली दे सी, 4 भी खा ली। 3-4-5-6 तो मिनिमम है ही सी। अच्छा, बाकी दही दाल सब्जी ਉਹ ਖਾ ਰਹੇ ਹੋ ਪੂਰੀ? ਹਾਂਜੀ, ਮੈਂ ਨਾ ਕਟੋਰੀ ਦਾਲ ਦੀ ਖਾ ਲੈਂਦੇ ਹਾਂ। ਨਹੀਂ, ਪੂਰੀ ਕਟੋਰੀ ਨਹੀਂ ਖਾਦੀ ਜਾਂਦੀ, ਥੋੜੀ ਘੱਟ ਖਾਦੀ ਜਾਂਦੀ। ਦਹੀਂ ਵੀ ਖਾਂਦੇ ਨਾਲ? ਦਹੀਂ ਵੀ ਕਦੇ ਲੱਸੀ ਲੈ ਲਈ, ਕਦੇ ਦੁੱਧ 2 ਟਾਈਮ ਲੈ ਲਿਆ ਸਵੇਰੇ, ਪਹਿਲਾਂ 1 ਕੱਪ ਦੁੱਧ ਚ ਪੱਤੀ ਪਾ। ਮਤਲਬ ਟੋਟਲ ਜੇ ਆਪਾਂ ਲਈਏ ਦਿਨ ਚ ਲੱਸੀ ਕਿੰਨੀ ਹੋ ਜਾਂਦੀ ਹੈ? 1 ਲੀਟਰ ਹੋ ਜਾਂਦੀ ਹੈ? ਨਹੀਂ, 1 ਗਲਾਸ ਲੈ ਲੈਣੀ ਹੈ ਕਿਸੇ ਵੀ। ਦਹੀਂ ਵੀ ਕਟੋਰੀ ਤੋਂ ਥੋੜੀ ਘੱਟ ਹੀ ਹੁੰਦੀ ਹੈ। ਘੱਟ ਆ ਫਿਰ। ਨਾਨ ਵੈਜ ਵੀ ਖਾਂਦੇ? ਹਾਂਜੀ, ਨਾਨ ਵੈਜ ਖਾ ਲਈਦਾ। ਚਿਕਨ ਕਿੰਨੇ? 1-2 ਪੀਸ ਖਾ ਲੈਂਦੇ ਆ? 1 ਪੀਸ, 1.5 ਪੀਸ। ਦਹੀਂ ਥੋੜਾ ਜਿਹਾ ਵਧਾ ਦਿਓ ਤੁਸੀਂ ਨਾ। ਠੀਕ ਹੈ। ਦਹੀਂ ਦਾ ਤੁਸੀਂ 3 ਟਾਈਮ 1-1 ਕਟੋਰੀ ਦਵਾਈ ਸਮਝ ਕੇ ਪੱਕਾ ਹੀ ਲੈਣਾ। ਠੀਕ ਹੈ। ਇੱਕ ਖਾਲੀ ਪਾਣੀ ਨਹੀਂ ਪੀਤਾ ਜਾਂਦਾ। ਕੱਲ ਫਸਟ ਟਾਈਮ ਪਹਿਲੀ ਵਾਰੀ ਸ਼ਾਮ ਨੂੰ ਮੈਂ ਪਾਣੀ ਪੀਤਾ, ਥੋੜਾ ਥੋੜਾ ਕਰਕੇ 1 ਗਲਾਸ ਪਾਣੀ 'ਚ ਥੋੜਾ ਨਮਕ ਪਾ ਲਓ। ਹਾਂਜੀ, ਇਹ ਤਾਂ ਸਾਰੇ ਪੇਸ਼ੈਂਟਸ ਦੇ ਇਹ ਤਕਰੀਬਨ ਇਦਾਂ ਹੀ ਹੁੰਦਾ। ਜਿਹੜਾ ਫੋਕਾ ਪਾਣੀ ਹੈ, ਪਲੇਨ ਵਾਟਰ, ਨਹੀਂ ਪੀਤਾ ਉਹ ਚੰਗਾ ਨਹੀਂ ਲੱਗਦਾ। ਲੱਸੀ ਪੀਤੀ ਜਾਏਗੀ, ਸੂਪ ਪੀਤਾ ਜਾਏਗਾ। ਹਾਂਜੀ ਹਾਂਜੀ, ਉਹਦਾ ਕਾਰਨ ਇਹ ਹੈ ਕਿ ਉਹਦੇ 'ਚ ਨਮਕ ਨਹੀਂ ਹੈ। ਜਿੱਥੇ ਜਾ ਕੇ ਹੁਣ ਤੁਹਾਡਾ ਅੰਦਰ ਜਾ ਕੇ ਫੂਡ ਜਾਂਦਾ ਨਾ ਡਾਇਰੈਕਟ ਇੰਟੈਸਟਾਈਨ ਦੇ ਵਿੱਚ, ਜਿਹੜਾ ਜੂਸ ਹੈ ਉਹਦੇ 'ਚ ਸੋਡੀਅਮ ਜ਼ਿਆਦਾ ਹੁੰਦਾ, ਇਸ ਲਈ ਨਮਕੀਨ ਚੀਜ਼ਾਂ ਜ਼ਿਆਦਾ ਆਪਾਂ ਨੂੰ ਅੱਛੀਆਂ ਲੱਗਦੀਆਂ।